ਗੁੱਡ ਮਾਰਨਿੰਗ ਆਪ ਸਭ ਦਾ ਇਸ ਮੈਥਮੈਟਿਕਸ professionel ਕੇ ਚੈਨਲ ਪੇ ਵੈਲਕਮ ਹੈ ਹੁਣ ਆਪਾਂ ਚੈਪਟਰ ਨੰਬਰ 3 ਨੌਵੀਂ ਕਲਾਸ ਦਾ ਗ੍ਰਾਫ ਵਾਲੇ ਸਵਾਲ ਇੱਕ ਐਕਟੀਵਿਟੀ ਰਾਈ ਸਮਝਣ ਲੱਗੇ ਆ ਤਾਂ ਅਸੀਂ ਦੇਖ ਰਹੇ ਹਾਂ ਸਾਡੇ ਕੋਲ ਇੱਕ ਪਲੱਸ ਦੇ ਨਿਸ਼ਾਨ ਦੇ ਰੂਪ ਵਿੱਚ ਬੱਚੇ ਨੌਵੀਂ ਕਲਾਸ ਦੇ ਪਰਫਾਰਮ ਕਰਨ ਲੱਗੇ ਆ ਜਿੰਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇੰਟਰੋਡਕਸ਼ਨ ਕਰਾਂਗੇ ਸਾਡਾ ਜਿਹੜਾ ਮੂਲ ਬਿੰਦੂ ਮੂਲ ਬਿੰਦੂ ਕੀ ਹੁੰਦੇ ਆਉਂਦੇ ਨਿਰਦੇਸ਼ਕ ਬੋਲੋ 0,0 ਯਾਨੀ ਕਿ origin ਇਹ ਹੈ ਜੀ ਸਾਡਾ ਮੂਲ ਬਿੰਦੂ ਉਸ ਤੋਂ ਬਾਅਦ ਜੇ ਅਸੀਂ ਇਧਰਲੇ ਪਾਸੇ ਚੱਲੀਏ ਤਾਂ ਸਾਡਾ ਹੈਗਾ x 1 x 2 x 3 x 4 ਤਾਂ ਹੁਣ ਅਸੀਂ ਇਧਰਲੇ ਪਾਸੇ ਆ ਰਹੇ ਹਾਂ ਜਿੰਦੇ ਚਾ ਸਾਡਾ x -1 ਯਾਨੀ ਕਿ ਘਟਾਓ ਵਾਲੀਆਂ ਸੰਖਿਆਵਾਂ x -2 x -3 ਤੇ x -4 ਹਾਂਜੀ ਹੁਣ ਆਪਾਂ ਚੱਲਦੇ ਆਂ ਦੂਜੇ ਪਾਸੇ ਜਿੰਦੇ ਜ ਅਸੀਂ ਦੇਖਾਂਗੇ ਮੂਲ ਬਿੰਦੂ ਤੋਂ ਸਾਹਮਣੇ ਵਾਲੇ ਪਾਸੇ ਯਾਨੀ ਕਿ y 1 y 2 y 3 ਤੇ y 4 ਹੁਣ ਜੇ ਆਪਾਂ ਅਗਲੇ ਵਾਲੇ ਪਾਸੇ ਚਲੀਏ ਤਾਂ ਇੱਥੇ ਸਾਡੇ ਕੋਲ ਆਊਗਾ y -1 y -2 y -3 ਤੇ y -4 ਤਾਂ ਹੁਣ ਅਸੀਂ ਆਪਾਂ ਇਹਨਾਂ 'ਚ ਕੀ ਕਰਨ ਲੱਗੇ ਆ ਆਪਾਂ ਵੱਖ-ਵੱਖ ਨਿਰਦੇਸ਼ ਅੰਕ ਨੂੰ ਦਿਖਾਉਣ ਲੱਗੇ ਆ ਤਾਂ ਸਭ ਤੋਂ ਪਹਿਲਾ ਨਿਰਦੇਸ਼ ਅੰਕ ਹੈਗਾ 2, 2 2, 2 अस देख रही एक्स वाली भी दो वाई वाली भी दो दि दो अपनी, -अपनी तो के पहुंचे दो गुड दो. बोत अगला है जी माइनस चार कोमा तीन तायनस चार पहला एक्स वाला अपनी लाइन वाले पासे तुर गया उधर माइनस तीन तुर तो दो में मिलके की बन गए x -4 ਤੇ y 3 ਅਗਲੀ ਸਾਡੀ ਹੈਗੀ ਹੈ ਜੀ ਜਿਹੜਾ ਨਿਰਦੇਸ਼ ਅੰਕ ਹੈ 0, -3 ਤਾਂ 0, -3 ਚ ਦੇਖੋ x ਤਾਂ 0 ਹੀ ਹੈ ਤੇ y -3 ਸਾਡੀ ਗੁੜੀਆ ਜਿਹੜੀ ਪਰਫਾਰਮ ਕਰੀ ਉਹ ਖੜੀ ਹੋ ਗਈ ਹੈ ਜੀ ਹੁਣ ਅਗਲਾ ਨਿਰਦੇਸ਼ ਅੰਕ 3, -4 ਤਾਂ ਉਧਰੋਂ x ਵਾਲਾ 3 ਚੱਲਿਆ ਇਧਰੋਂ v ਵਾਲਾ -4 ਚੱਲਿਆ ਤੇ ਵੈਰੀ ਗੁੱਡ ਜੀ 3, -4 ਹੋ ਗਿਆ ਜੀ ਅੱਗੇ ਜਿਹੜਾ ਨਿਰਦੇਸ਼ ਅੰਕ ਹੈ ਮੈਂ ਕਹਿ ਰਹੀਆਂ ਧਿਆਨ ਨਾਲ ਸੁਣੋ -2, 4 -2, 4 ਇਧਰੋਂ -2 ਚੱਲਿਆ ਤੇ ਉਧਰੋਂ 4 ਚੱਲਿਆ ਤੇ ਇਹ ਦੋਵੇਂ ਹੋ ਗਿਆ ਜੀ ਅਗਲਾ ਨਿਰਦੇਸ਼ ਅੰਕ ਹੈਗਾ ਜੀ 0, 1 ਤਾਂ x 0 y1 23 ਦਾ ਮਤਲਬ y1 ਸਵਾਲੀ ਸਾਡੀ ਗੁੜੀਆ ਖੜੀ ਹੋ ਗਈ ਹੈ ਹਾਂਜੀ ਉਹਨੇ ਇਸੇ ਐਕਟੀਵਿਟੀ ਲਈ ਬੱਚੇ ਨੂੰ ਟੈਸਟ ਕਰਦੇ ਆਂ ਜੀ ਆ ਬੱਚਾ ਹੈਗਾ ਕੀ ਨਾਮ ਹੈ ਬੇਟਾ ਤੇਰਾ ਜਗਜੀਤ ਸਿੰਘ ਹੁਣ ਇਹਨੂੰ ਪੁੱਛਿਆ ਜਾ ਰਿਹਾ -4 ਤੇ 1 ਕਿਹੜਾ ਹੈਗਾ ਜੀ ਚਲ ਬੇਟਾ ਹੱਥ ਲਾ -4 ਤੇ 1 ਇਹ ਖੁਦ ਕਰੂਗਾ -4 ਠੀਕ ਹੈ ਜੀ ਆਹਾ ਤੇ 1

ਏ ਹੈ ਜੀ ਆਪਾਂ ਹੱਥ ਨਹੀਂ ਲਗਾਣੇ ਇਹ ਦੋਨਾਂ ਨੇ ਕਿੱਥੋਂ ਚੱਲ ਉਧਰੋਂ ਚੱਲੂਗਾ ਇਧਰੋਂ ਇਹ ਚੱਲੂਗਾ ਤੇ ਦੋਵੇਂ ਇੱਥੇ ਖੜਨਗੇ ਫੇਰ ਆਪਣਾ ਕੰਮ ਹੋਣਾ ਠੀਕ ਹੈ ਜੀ ਵੈਰੀ ਗੁੱਡ